ਲੋ ਜੀ ਆਪਾਂ ਚੱਲੇ ਆ ਅੱਜ ਕਿੱਥੇ ਚੱਲੇ ਆ ਬਾਈ? ਆਪਾਂ ਅੱਜ ਡੈਰੀ ਫਾਰਮ ਚੱਲੇ ਆ। ਡੈਰੀ ਫਾਰਮ ਚੱਲੇ ਆ, ਦੁੱਧ ਲੈ ਕੇ ਆਵਾਂਗੇ, ਗਾਈਆਂ ਦਿਖਾਵਾਂਗੇ ਤੇ ਨਾਲੇ ਗਾਈਆਂ ਨਾਲੇ ਬੱਕਰੀਆਂ ਹੋਰ ਭੇਡੂ ਵੀ ਹੁੰਦੇ ਨਾਲੇ ਗੋਹਾ ਨਾਲੇ ਦੁੱਧ ਚੋ ਕੇ ਲਿਆਵਾਂਗੇ ਤੇ ਆ ਕੀ ਕਹਿਣਾ ਉਹਨੂੰ ਚਵਾਈ ਕਰਾਂਗੇ। ਚਵਾਈ ਕਰਨੀ ਦੁੱਧ ਦੀ, ਜਿੱਥੇ ਕਰਨੀ ਉੱਥੇ ਵੱਧ ਕੀਤੀ ਵਾਲਾ ਬਾਹਰ ਆ ਕੇ ਚਵਾਈਆ ਹੀ ਕਰਨੀ ਹੈ। ਜਿੱਥੇ ਉਹਦੇ ਚੋੜੀਆਂ ਸੀ ਉੱਥੇ ਰੱਗ ਚੋਦਾ ਗਾਰਡਨ ਅੱਗੇ ਤੁਹਾਨੂੰ ਦਿਖਾ ਤੀ, ਇੱਥੇ ਆਏ ਸੀਗੇ ਤੇ ਅੱਜ ਚੱਲੇ ਆਪਾਂ ਡੈਰੀ ਚ ਤੇ ਫਿਰ ਦੇਖਦੇ ਆ। ਮੌਸਮ ਵੀ ਵਧੀਆ ਅੱਜ ਵੀ ਤੇ ਸਾਈਕਲਾਂ ਵਾਲੇ ਵੀ ਆਉਂਦੇ ਆ, ਇਹਦਾ ਗੋਰਾ ਯਾਰ ਹੀ ਸੀਗਾ ਨਾ ਤੇਰਾ, ਪਰ ਉਹ ਪਛਾਣਿਆ ਨਹੀਂ ਤੈਨੂੰ। ਐਤਕੀ ਆਪਾਂ ਉਹ ਫਾਰਮ ਜਾ ਹੁਣ ਅਗਲੀ ਵਾਰੀ ਆਪਾਂ ਉੱਥੇ ਜਾਣਾ ਤਾਂ ਪਰਨਾ ਗਾਣਾ ਸ਼ੂਟ ਕੀਤਾ ਸੀ। ਹਾਂ ਉੱਥੇ ਜਾਵਾਂਗੇ। ਲੈ ਵੀ ਪਹਿਲਾਂ ਹੁਣ ਆਹ ਵਾਲੀ ਵੀਡੀਓ ਦੇ ਵਿੱਚ ਟਰਨ ਲੈਫਟ ਲੈਟ ਲੈਟ ਹੋ ਕਿਉਂ ਲੈਫਟ ਕਹੀ ਜਾਂਦੀ ਉਹ ਕਹਿ ਇਹ ਤਾਂ ਕਹਿੰਦੀ ਨਹੀਂ ਰੋਕ ਵੀ ਲਾ ਆਪਣੀ ਭਾਸ਼ਾ 'ਚ ਬਣਾਉਣਾ ਆਪਾਂ ਆਪਣੀ ਭਾਸ਼ਾ 'ਚ ਟੋਮ ਡੋਮ ਕੀ ਬੋਲੇਗਾ ਨਾ ਇਧਰ ਨਹੀਂ ਜਾਣਾ ਉਧਰ ਜਾਣਾ। ਅੱਛਾ ਆਪਾਂ ਲਾਈਟਾਂ ਦੇ ਵਿੱਚ ਬਣਾ ਜਦੋਂ ਲਾਈਟ ਹੋ ਗਈ ਨਾਲੇ ਲਾਈਟ ਰੈਡ ਰੁਕ ਜਾ ਰੁਕ ਜਾ। ਚਲੋ ਸਹੀ ਆ ਫਿਰ ਟੌਂ ਤੇਰੀ ਰਿਕਾਰਡਿੰਗ ਪਾਣੀ ਆ ਫਿਰ ਟੌਂ ਟੌਂ ਦੇ ਵਿੱਚ ਬਣਾਉਂਦੇ ਆ ਐਪ ਬਣਾਉਂਦੇ ਆ ਨਾ ਐਪ ਬਣਾ ਕੇ ਤੇ ਫਿਰ ਕਰਦੇ ਉਹਨੂੰ ਮੈਂ ਤਾਂ ਬਾ ਦੋ ਚਾਰ ਗਾਲਾਂ ਵੀ ਪੰਜਾਬੀ ਠੀਕ ਰਹਿਣ ਗਿਆ ਤੇਰੀ ਭੈਣ ਨੂੰ ਕਹਿਣ ਚਲੇ ਗਿਆ ਜਦੋਂ ਗਲਤ ਮੁੜ ਗਿਆ। ਚਲੋ ਜੀ ਦੁਨੀਆਂ ਫਿਰਦੀਆਂ ਆਉਂਦਾ ਹੀ ਪਿੱਛੇ ਦੇਖਦੇ ਆ ਉਹ ਬੰਦ ਹੀ ਸ਼ੋਪ ਤੇ ਉਧਰ ਚੱਲਦੇ ਚੱਲ ਆ ਜਾ ਚੱਲ ਤੋਰ ਚੱਲ ਤੋਰ ਗਾਂ ਬੋਲ ਬੋਲ ਕੁਛ ਖੋਲ ਕੋ ਤੂੰ ਵੀ ਗੁੰਡਾ ਕੰਡਾ ਕੀ ਕਹਿਣਾ ਕੀ ਚਾਹੁੰਦਾ ਥੋੜਾ ਖੁੱਲਾ ਹੈਗਾ ਨਾ ਉੱਥੇ ਗਾਈਆਂ ਗੁਈਆਂ ਘੱਟ ਸੀ ਪਰ ਇੱਥੇ ਗਾਈਆਂ ਬਹੁਤ ਆ ਸਿਰਾ ਹੀ ਕਰਾਇਆ ਪਿਆ ਇੱਥੇ ਸਿਰਾ ਹੀ ਬੱਲੇ ਬੱਲੇ ਹੋਈ ਪਈ ਆ। ਲੈ ਵੀ ਯੂਕੇ ਦੇ ਵਿੱਚ ਗਾਈਆਂ ਦੇ ਬੱਲੇ ਬੱਲੇ ਹੋਈ ਪਈ ਆ ਦੁੱਧ ਹੀ ਦੁੱਧ ਪਿਆ ਮੇਰੇ ਵਾਲਾ ਗੱਡੀ ਲੈ ਮੁੰਡੇ ਦਾ ਫੋਨ ਰਹਿ ਗਿਆ ਗੱਡੀ 'ਚ ਕਹਿੰਦਾ ਫੋਨ ਲੈ ਆਵਾਂ ਮੈਂ ਵੀ ਕਹਿੰਦਾ ਫੋਟੋ ਫੋਟੋ ਖਿੱਚ ਲਵਾਂ ਮਿਲ ਕੇ ਇੱਧਰ ਆ ਉੱਧਰ ਮਿਲ ਕੇ ਆ ਉੱਥੇ ਮਸ਼ੀਨ ਜਿਹੀ ਲੱਗੀ ਉਹਦੇ 'ਚ ਕੱਢ ਲਓ ਤਾਜ਼ਾ ਤਾਜ਼ਾ ਦੁੱਧ ਉੱਧਰ ਖੱਤੇ ਆ ਇੱਧਰ ਗਾਈਆਂ ਹੀ ਗਾਈਆਂ ਗਾਈਆਂ ਹੀ ਗਾਈਆਂ
ਬਿਲਕੁਲ ਸਿਰਾ ਹੀ ਖਰਾਬ ਆ ਨੰਬਰ ਲੱਗੇ ਆ ਉਹਨਾਂ ਦੇ ਤੇ ਨਜ਼ਾਰੇ ਕਹਿੰਦੇ ਦੁੱਧ ਪੀਓ ਜਿੱਦਾਂ ਮਾਰਦੇ ਉਹ ਚੱਲਿਆ ਹੁਣ ਟਰੈਕਟਰ ਲੈ ਗਏ ਪਤਾ ਨਹੀਂ ਕਿੱਧਰ ਚੱਲਿਆ ਅਤੇ ਉੱਧਰ ਨੂੰ ਚੱਲੀਏ ਕਰ ਲਿਆ ਸਟਾਰਟ ਟਰੈਕਟਰ ਨੇ ਲਓ ਜੀ ਕਰ ਲਿਆ ਟਰੈਕਟਰ ਸਟਾਰਟ ਉਹਨੇ ਅਤੇ ਮੌਜਾਂ ਲੱਗੀਆਂ ਪਈਆਂ ਪਹੁੰਚਾਂ ਦੀਆਂ ਗੰਦ ਬਹੁਤ ਥੱਲੇ ਹੈ ਨਾ ਸਫਾਈ ਸਫੂਈ ਕੱਟਿਆ ਹੋਲਾ ਲੈਣ ਬੰਨ ਕੇ ਲੈ ਚੱਲਿਆ ਹੁਣ ਮੈਨੂੰ ਚਵਾਈ ਗਨ ਲੱਗਾ ਚਵਾਈ ਗਨ ਲੱਗਾ ਮਸ਼ੀਨ ਰਾਹੀਂ ਲਓ ਵੀ ਉੱਧਰ ਚਵਾਈ ਹੋਣ ਡਈ ਹੁਣ ਮਸ਼ੀਨ ਲਾ ਤੀ ਆ ਅਤੇ ਦੁੱਧ ਚੋ ਹੋਣ ਡਿਆ ਇੱਧਰੋਂ ਗੇਟ ਬੰਦ ਕਰਤਾ ਕਹਿੰਦਾ ਫੁੱਲ ਹੋ ਗਿਆ ਹੁਣ ਬਾਅਦ 'ਚੋਂ ਖੁੱਲ੍ਹਣਗੇ ਹੁਣ ਉੱਧਰੋਂ ਉਹਨਾਂ ਨੂੰ ਕੱਢ ਦੇਣਗੇ ਅਤੇ ਇੱਧਰੋਂ ਇਹਨਾਂ ਨੂੰ ਬਾਲ ਲੈਣਗੇ ਚੱਲ ਹੁਣ ਮਸ਼ੀਨ ਨਾਲ ਚੱਲਦੇ ਹਾਂ ਵੀ ਇੱਥੇ ਆ ਦੁੱਧ ਡਰੰਮ ਪਾ ਲਓ ਕਹਿੰਦੇ ਜਿੰਨੇ ਚਾਹੀਦਾ ਸਾਨੂੰ ਕੋਈ ਚੱਕਰ ਹੀ ਨਹੀਂ ਇੱਥੋਂ ਹੁਣ ਲੈਂਦੇ ਹਾਂ ਦੁੱਧ ਅਤੇ ਕੀ ਹਿਸਾਬ ਕਿਤਾਬ ਕੀ ਆ ਇਹਦਾ ਅੱਛਾ 1.5 ਪੌਂਡ ਦਾ ਇੱਕ ਲੀਟਰ ਨਹੀਂ 1 ਪੌਂਡ 40 ਰੁਪਏ ਨਹੀਂ ਆਉਂਦਾ ਇੱਕ ਦੋ ਲੀਟਰ ਹੈਗਾ 2.5 ਪੌਂਡ ਦਾ ਚਲੋ ਚੱਲ ਕੱਢ ਦੁੱਧ ਕੱਢ ਪੀਪੀਆਂ ਇੱਥੇ ਕਿਤੇ ਹੋਣੀਆਂ ਆਹ ਢੱਕਣ ਪਏ ਆ ਅਤੇ ਉੱਥੇ ਪੀਪੀਆਂ ਪਈਆਂ ਕੱਢਦੇ ਦੁੱਧ ਲਓ ਵੀ ਦੁੱਧ ਆਉਣ ਲੱਗ ਪਿਆ 2 ਲੀਟਰ ਲਿਆ ਦੁੱਧ ਲੈ ਲਿਆ ਆਪਾਂ 6 ਕਿਲੋ ਅਤੇ ਇੱਥੇ ਆਉਣਾ ਦੇਖਦੇ ਹਾਂ ਭੇਡੂ ਜਿਹਾ ਬੈਠੇ ਆ ਖਾਂਦੇ ਘਰ ਕੋਲ ਬੱਚਾ ਆ 2 ਬੱਚੇ ਇੱਕ ਆ ਇੱਕ ਆ ਆ ਵਧੀਆ ਉੱਧਰ ਵੀ ਬੱਚਾ ਬੈਠਾ ਇੱਕ ਨਿਕਾ ਜਿਹਾ ਇੱਕ ਇੱਥੇ ਬੈਠਾ ਆ ਗਏ ਭੁੱਖ ਬੜੀ ਲੱਗੀ ਸੀ ਤਾਂ ਹੁਣ ਇੱਥੇ ਕੈਫੇ ਤੋਂ ਕੁਛ ਲੈਣ ਲੱਗੇ ਹਾਂ ਕੌਫੀ ਚਲੋ ਦੇਖਦੇ ਹਾਂ ਹੈਂ ਦੇਖਦੇ ਹਾਂ ਇੱਧਰ 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 ਡਾਕਟਰ ਆ ਇੱਧਰ ਡਾਕਟਰ ਆ ਵਾਹ ਆਹ ਤਾਂ ਇੱਧਰ ਆ ਉੱਧਰ ਟੀਕਾ ਲਾ ਲੈਣਾ ਤੇਰੇ ਉਹਨਾਂ ਨੂੰ ਉੱਧਰ ਕਿੱਧਰ ਆ ਆਹ ਯਾਰ ਆ ਭਰਾ ਬਾਂਦੇ ਆ ਬਾਂਦੇ ਆ ਬਾਂਦੇ ਆ ਓਏ ਉੱਧਰ ਕਿੱਧਰ ਇੱਧਰ ਥੋੜਾ ਰਾਹ ਆ ਬਾਂਦੇ ਆ ਲਓ ਵੀ ਇਹਨਾਂ ਦਾ ਕੰਮ ਵਿੱਚ ਰਹਿ ਗਿਆ ਬਾਂਦੇ ਆ ਇਹ ਯਾਰ ਆਇਆ ਯੂਕੇ ਦਾ ਬੱਲੇ ਬੱਲੇ ਹੋਈ ਪਈ ਉਹ ਚਰਚ ਆ ਬੜੀ ਵੱਡੀ ਆ ਅਤੇ ਹੁਣ ਜਾਂਦੇ ਘਰ ਨੂੰ ਇੱਥੇ ਥੋੜ੍ਹਾ ਹਨੇਰਾ ਜਿਹਾ ਆ ਨਾ ਅੱਜ ਘਰ ਦੇ ਅੰਦਰ ਹੀ ਫੁੱਟਬਾਲ ਖੇਡਣ ਡਿਆ ਹਾਂਜੀ ਫੁੱਟਬਾਲ ਖੇਡਦੇ ਹਾਂਜੀ ਫੁੱਟਬਾਲ ਖੇਡਦੇ ਹਾਂਜੀ 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 ਅੱਜ ਕੀ ਕੀਤਾ ਸਾਰਾ ਦਿਨ ਕਾਰਟੂਨ ਖੇਡਦੇ ਗੱਤਕਾ ਅੱਛਾ ਸਹੀ ਆ ਹੁਣ ਕੀ ਖੇਡਦੇ ਆ ਨਿੱਕੀ ਪਿਦਕੀ ਆ ਓਏ ਪਿਦਕੀ ਪਿਦਕੀ ਇੱਧਰ ਮੂੰਹ ਕਰ ਬੁੱਗੀ ਫਿਰ ਜਾ ਕਿੱਦਾਂ ਠੀਕ ਆ ਹੁਣ ਠੀਕ ਆ ਨਾ ਕੀ ਕੀਤਾ ਇਹ ਸਾਰਾ ਦਿਨ ਹੈ ਸਾਰਾ ਦਿਨ ਕੀ ਕੀਤਾ ਮੇਰੀ ਜਾਨ ਨੇ ਹੈ ਆਹ ਆਹ ਚੀਜ਼ ਦੀ ਹੱਟਦੀ ਇਹਦੀ ਆਹ ਚੀਜ਼ ਦੀ ਹੱਟਦੀ